ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਅਤੇ ਕੰਟਰੋਵਰਸੀ ਆ ਦੋਨੋਂ ਨਾਲ ਚੱਲਦੀਆਂ। ਜੋ ਜਥੇਦਾਰਾਂ ਨੂੰ ਲੀਡਰਾਂ ਵੱਲੋਂ ਹੁਕਮ ਹੁੰਦਾ ਉਸ ਬੰਦੇ ਨੂੰ ਅਵਾਰਡ ਦਿੱਤਾ ਜਾਂਦਾ, ਜਿਹਨੂੰ ਪੰਥ ਚੋਂ ਕੱਢਣਾ ਹੁੰਦਾ ਕੱਢ ਦਿੱਤਾ ਜਾਂਦਾ, ਜਥੇਦਾਰਾਂ ਦੀ ਕੋਈ ਨਹੀਂ ਚੱਲਦੀ। ਹੁਣ ਤਿਆਰੀ ਖਿੱਚ ਲਈ ਤੁਸੀਂ ਅੱਜ ਦੀ ਚੋਣਾਂ ਦੀ? ਹੁਣ ਤਾਂ ਭੰਡਾ ਭੰਡਾਰੀ ਆ, ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਮਸਲੇ ਜਦ ਸਾਂਝੇ ਹੁੰਦੇ ਆ ਤਾਂ ਇਸ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਹੁੰਦੀ ਹੈ ਸਾਰਿਆਂ ਨੂੰ ਮੇਰੀ ਤਰਫੋਂ ਪਿਆਰ ਅਤੇ ਅਦਬ ਨਾਲ ਸਤਿ ਸ੍ਰੀ ਅਕਾਲ। ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਹਰ ਗੱਲਾਂ ਦੱਸੀਆਂ ਜਾ ਸਕਣ। ਮੇਰੇ ਨਾਲ ਇਸ ਟਾਈਮ ਮੌਜੂਦ ਨੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ, ਬਕਾਇਦਾ ਤੌਰ 'ਤੇ USA ਟੂਰ ਦੇ ਉੱਤੇ ਨੇ ਔਰ ਨਿਊਯਾਰਕ ਪਹੁੰਚੇ ਨੇ। ਔਰ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦ ਕੌਮ ਵੱਲੋਂ ਕਈ ਸਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ ਸਵਾਲ ਅਸੀਂ ਵੀ ਉਹਨਾਂ ਰਾਗੀ ਢਾਡੀ ਜਥਿਆਂ ਤੋਂ, ਕਥਾਵਾਚਕਾਂ ਤੋਂ ਸੁਣੀਏ ਜਾਂ ਸਮਝੀਏ ਕਿ ਉਹਨਾਂ ਦੇ ਕੀ ਵਿਚਾਰ ਨੇ। ਪਰ ਜਦ ਗੱਲ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਦੀ ਹੁੰਦੀ ਹੈ ਤਾਂ ਕੌਮ ਜਿਹੜੀ ਹੈ ਕਈ ਸਾਰੇ ਸਵਾਲ ਜਾਣਨਾ ਚਾਹੁੰਦੀ ਹੈ। ਅੱਜ ਸਾਡੇ ਨਾਲ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਇੱਕ ਗੱਲ ਬੜੀ ਕਹੀ ਜਾਂਦੀ ਹੈ, ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਅਤੇ ਕੰਟਰੋਵਰਸੀ, ਆ ਦੋਨੋਂ ਨਾਲ ਚੱਲਦੀਆਂ, ਇਹਦਾ ਕੀ ਕਾਰਨ ਹੈ? ਜੇ ਮੈਂ ਵੀ ਉਹਨਾਂ ਵਰਗਾ ਹੋ ਕੇ ਚੱਲਾਂ, ਸਭ ਦੀਆਂ ਚਾਪਲੂਸੀਆਂ ਕਰਾਂ, ਜਥੇਦਾਰਾਂ ਦੀਆਂ, ਪ੍ਰਧਾਨਾਂ ਦੀਆਂ, ਤਾਂ ਫਿਰ ਕੋਈ ਕੰਟਰੋਵਰਸੀ ਨਹੀਂ ਹੋਏਗੀ। ਜਦੋਂ ਆਪਾਂ ਵੱਖਰੀ ਗੱਲ ਕਰਦੇ ਹਾਂ, ਹਟ ਕੇ ਗੱਲ ਕਰਦੇ ਹਾਂ, ਲੌਜਿਕ ਨਾਲ ਗੱਲ ਕਰਦੇ ਹਾਂ, ਪ੍ਰੈਕਟੀਕਲ ਗੱਲ ਕਰਦੇ ਹਾਂ, ਜਿਹੜੀ ਅੱਜ ਦੇ ਯੂਥ ਵਾਸਤੇ ਸਹੀ ਹੈ, ਉਹਦੇ ਵਾਸਤੇ ਫਿਰ ਕੰਟਰੋਵਰਸੀ ਹੋਣੀ ਨੋਰਮਲ ਗੱਲ ਹੈ। ਹਾਂਜੀ, ਕਹਿੰਦੇ ਭਾਈ ਸਾਹਿਬ ਇੰਨਾ ਕੋਈ ਲੌਜਿਕ ਦੇ ਦਿੰਦੇ ਨੇ ਕਿ ਜਿਹੜਾ ਬਾਣੀ ਦਾ ਉਹ ਐਲੈਬਰੇਟ ਵੀ ਕਰਦੇ ਆ ਉਹ ਸਹੀ ਢੰਗ ਨਾਲ ਨਹੀਂ ਕਰਦੇ, ਇਸ ਕਰਕੇ ਅਸੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਨਹੀਂ ਮੰਨਦੇ। ਜਿਹੜੇ ਕਹਿੰਦੇ ਨੇ ਕਹਿ ਲੈਣ ਜੀ, ਪਰ ਜਿਹੜੇ ਮੈਨੂੰ ਸੁਣਨ ਵਾਲੇ ਨੇ, ਜਿਹੜੇ ਲਗਾਤਾਰ ਸੁਣ ਰਹੇ ਨੇ ਸਾਡੇ ਚੈਨਲ ਨੂੰ, 20 ਲੱਖ ਲੋਕਾਂ ਨੇ ਸਬਸਕ੍ਰਾਈਬ ਕੀਤਾ, ਇੱਕ ਧਾਰਮਿਕ ਚੈਨਲ ਹੈ, ਨੋਰਮਲ ਜਿਹਾ, ਇੱਕ ਅਸੀਂ ਸਿੱਧੇ ਸਾਧੇ ਬੰਦੇ ਹਾਂ, ਜੇ ਮੈਂ ਗਲਤ ਗੱਲਾਂ ਕਰਦਾ ਹੋਊਂਗਾ ਤਾਂ ਕਿਉਂ ਲੋਕ ਜੁੜਨਗੇ? ਸੁਣਨ ਵਾਲੇ ਸੁਣਦੇ ਆ, ਜਿਸ ਵੇਲੇ ਲਾਈਵ ਹੁੰਦਾ ਤਾਂ ਹਜ਼ਾਰਾਂ ਲੋਕ ਸੁਣ ਵੀ ਰਹੇ ਹੁੰਦੇ, ਕਿਉਂਕਿ ਜਿਨ੍ਹਾਂ ਨੇ ਮੈਨੂੰ ਪੂਰੀ ਗੱਲ ਮੇਰੀ ਸੁਣੀ ਹੈ ਉਹ ਸਮਝਦੇ ਆ। ਮੈਂ ਰਾਤ ਵੀ ਦੁਆਨ 'ਚ ਤੁਸੀਂ ਸੁਣ ਰਹੇ ਸੀ, ਮੈਂ ਰਾਤ ਬੋਲਿਆ ਸੀ, ਮੈਂ ਦਾਅਵਾ ਇਹ ਕਰਦਾ ਇਸ ਗੱਲ ਦਾ ਵੀ ਜਿਹੜਾ ਬੰਦਾ ਸਾਡੇ ਪ੍ਰੋਗਰਾਮ ਪੂਰੇ ਦੇ ਪੂਰੇ ਸੁਣੇਗਾ, ਦੋ ਦੋ ਢਾਈ ਢਾਈ ਘੰਟੇ ਲਾ ਕੇ, ਉਹਦਾ ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਨਾਨਕ ਨਾਲ, ਕਬੀਰ ਰਵਿਦਾਸ ਮਹਾਰਾਜ ਨਾਲ ਪਿਆਰ ਵਧੇਗਾ, ਘਟੇਗਾ ਨਹੀਂ, ਮੇਰਾ ਦਾਅਵਾ ਹੈ ਇਸ ਗੱਲ ਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਇੰਟਰਵਿਊ ਅਸੀਂ ਕੀਤਾ ਸੀਗਾ, ਬਕਾਇਦਾ ਤੌਰ 'ਤੇ ਨਿਊਯਾਰਕ ਪਹੁੰਚੇ ਸੀਗੇ। ਉਹ ਕਹਿੰਦੇ ਮੈਂ ਕਈ ਵਾਰ ਸੱਦਾ ਦੇ ਚੁੱਕੇ ਹਾਂ, ਉਹ ਆਉਂਦੇ ਹੀ ਨਹੀਂ, ਕਹਿੰਦੇ ਇਹਨਾਂ ਨੂੰ ਆਪਣੇ ਆਪ 'ਚ ਇੰਨਾ ਪ੍ਰਾਊਡ ਹੈ ਕਿ ਸਾਡੇ ਕੋਲ ਅਕਾਲ ਤਖਤ ਸਾਹਿਬ ਆ ਕੇ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ। ਨਹੀਂ ਨਹੀਂ, ਉਹ ਤਰੀਕਾ ਸਹੀ ਨਹੀਂ ਹੈਗਾ, ਉਹ ਹੈਗਾ ਧੌਣ 'ਤੇ ਗੋਡਾ ਰੱਖਣਾ। ਮੈਂ ਉਹਨਾਂ ਨੂੰ ਕਿਹਾ ਆ ਕਿ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦਿਆਂਗਾ, ਮੀਡੀਆ ਸਾਹਮਣੇ ਆ ਜਾਣ। ਮੈਂ ਅੱਜ ਵੀ ਤੁਹਾਨੂੰ ਕਹਿੰਦਾ ਹਾਂ, ਜੇ ਮੈਂ ਦਰਬਾਰ ਸਾਹਿਬ ਬਾਰੇ ਗਲਤ ਬੋਲਿਆ ਆ, ਮੈਂ ਗੁਰੂ ਸਾਹਿਬ ਬਾਰੇ ਗਲਤ ਬੋਲਿਆ ਆ, ਮੈਂ ਗੁਰਬਾਣੀ ਬਾਰੇ ਗਲਤ ਬੋਲਿਆ ਆ, ਤਾਂ ਮੈਂ ਅੱਜ ਵੀ ਲੰਮਾ ਪੈ ਕੇ ਉਹਨਾਂ ਅੱਗੇ ਡੰਡੌਤ ਕਰੂੰਗਾ। ਪਰ ਇਹ ਪਬਲੀਕਲੀ ਮੈਨੂੰ ਉਹ ਕਲੀਅਰ ਕਰ ਦੇਣ, ਕੱਟੇ ਵੱਡੇ ਮੇਰੇ ਕਲਿੱਪ ਨਹੀਂ, ਮੇਰੇ ਕਲਿੱਪ ਪੂਰੇ ਫਿਰ ਮੈਂ ਸੁਣਾਊਂਗਾ, ਉਹ ਸੁਣਾਉਣਗੇ 1 ਮਿੰਟ ਦਾ, ਮੈਂ ਸੁਣਾਊਂਗਾ 10 ਮਿੰਟ ਦਾ, ਵੀ ਪੂਰਾ ਆ ਆ ਇਹ ਕੱਟ ਕੇ ਗੱਲ ਸੁਣਾਈ ਗਈ ਹੈ, ਇਹ ਸਹੀ ਨਹੀਂ। ਅਤੇ ਜੇ ਮੈਂ ਦੋਸ਼ੀ ਪਾਇਆ ਜਾਂਦਾ, ਮੈਂ ਲੰਮਾ ਪੈ ਕੇ ਉਹਨਾਂ ਅੱਗੇ ਮੱਥਾ ਟੇਕੂ, ਅਕਾਲ ਤਖਤ ਸਾਹਿਬ ਤਾਂ ਵੱਡੀ ਗੱਲ ਹੈ, ਦਰਬਾਰ ਸਾਹਿਬ ਸਾਡਾ ਆ, ਸਾਡਾ ਸਾਡਾ ਗੁਰਸਥਾਨ ਹੈ, ਅਸੀਂ ਰਿਸਪੈਕਟ ਕਰਦੇ ਹਾਂ, ਇੱਦਾਂ ਦੀ ਕੋਈ ਗੱਲ ਨਹੀਂ। ਪਰ ਇਹ ਹੈ ਕਿ ਤੁਸੀਂ ਜਾਣ ਬੁੱਝ ਕੇ ਟਕਸਾਲਾਂ ਦੇ ਇਸ਼ਾਰੇ 'ਤੇ ਸਾਨੂੰ ਬੁਲਾ ਰਹੇ ਹੋ, ਉੱਥੇ ਲੀਡਰਾਂ ਦੇ ਇਸ਼ਾਰੇ 'ਤੇ ਬੁਲਾ ਰਹੇ ਹੋ, ਬਰਗਾੜੀ ਦਾ ਗੁੱਸਾ ਮੇਰੇ 'ਤੇ ਕੱਢ ਰਹੇ ਹੋ, ਕਿਉਂਕਿ ਬਰਗਾੜੀ ਵਾਲੇ ਮੋਰਚੇ 'ਚ ਮੈਂ ਸ਼ਾਮਲ ਸੀ। ਇਸ ਕਰਕੇ ਜਥੇਦਾਰ ਆਪਣਾ ਕੋਈ ਫੈਸਲਾ ਨਹੀਂ ਸੁਣਾਉਂਦੇ, ਜੋ ਜਥੇਦਾਰਾਂ ਨੂੰ ਲੀਡਰਾਂ ਵੱਲੋਂ ਹੁਕਮ ਹੁੰਦਾ ਉਸ ਬੰਦੇ ਨੂੰ ਅਵਾਰਡ ਦਿੱਤਾ ਜਾਂਦਾ, ਜਿਹਨੂੰ ਪੰਥ 'ਚੋਂ ਕੱਢਣਾ ਹੁੰਦਾ ਕੱਢ ਦਿੱਤਾ ਜਾਂਦਾ, ਜਥੇਦਾਰਾਂ ਦੀ ਕੋਈ ਨਹੀਂ ਚੱਲਦੀ। ਜਿੱਥੇ ਮੈਂ ਗਲਤ ਹੋਵਾਂ, ਮੈਂ ਜਸ ਪੰਜਾਬੀ ਤੁਹਾਡੇ ਚੈਨਲ 'ਤੇ ਕਹਿਣਾ ਚਾਹੁੰਦਾ, ਸਿੰਘ ਸਾਹਿਬ ਨੂੰ ਤੁਸੀਂ ਸੱਦ ਲਓ, ਮੈਂ ਅਮੈਰੀਕਾ ਵਿੱਚ ਹਾਂ, ਮੈਂ ਤੁਸੀਂ ਇੰਡੀਆ ਚੱਲੋ, ਉਹਨਾਂ ਨੂੰ ਇੱਕ ਕੁਰਸੀ 'ਤੇ ਬਿਠਾਵਾਂਗੇ, ਉਹ ਮੈਨੂੰ ਦੱਸਣ ਵੀ ਆਹ ਢੱਡਰੀਆਂ ਵਾਲੇ ਨੇ ਦਰਬਾਰ ਸਾਹਿਬ ਬਾਰੇ ਗਲਤ ਬੋਲਿਆ ਆ, ਕਿਉਂਕਿ ਮੇਰੀਆਂ ਗੱਲਾਂ ਕੱਟ ਵੱਢ ਕੇ ਪੇਸ਼ ਕੀਤੀਆਂ ਗਈਆਂ, ਜੋ ਜੋ ਮੈਂ ਗਲਤ ਬੋਲਿਆ ਆ, ਜੇ ਮੈਂ ਗਲਤ ਸਾਬਤ ਹੋ ਗਿਆ ਤਾਂ ਮੈਂ ਜਥੇਦਾਰ ਜੀ ਦੇ ਅੱਗੇ ਵੀ ਲੰਮਾ ਪੈ ਕੇ ਮੱਥਾ ਟੇਕ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇਨਸਿਕਿਉਰਿਟੀ ਹੈ ਕਿ ਤੁਹਾਨੂੰ ਇੰਨੇ ਲੋਕ ਸੁਣਦੇ ਆ, ਤੁਹਾਨੂੰ ਇੰਨੇ ਲੋਕ ਫੋਲੋ ਕਰਦੇ ਆ, ਇਸ ਕਰਕੇ ਉਹ ਤੁਹਾਨੂੰ ਥੱਲੇ ਲਾਉਣਾ ਚਾਹੁੰਦੇ ਆ? ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ, ਬਸ ਉਹਨਾਂ ਨੂੰ ਇਹ ਲੱਗਦਾ ਵੀ ਜੇ ਇਹ ਸੱਚ ਦੁਨੀਆ ਦੇ ਸਾਹਮਣੇ ਆ ਗਏ, ਜੋ ਧਰਮ ਦਾ ਧੰਦਾ ਬਣ ਚੁੱਕਿਆ, ਪੁਜਾਰੀ ਸਿਸਟਮ ਸਾਡੇ 'ਚ ਚੱਲ ਚੁੱਕਿਆ, ਧੰਦਾ ਬੰਦ ਹੋ ਜਾਣਾ ਆ, ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਵੀ ਸਿੱਧਾ ਗੁਰਬਾਣੀ ਨਾਲ ਜੁੜ ਜਾਣਾ, ਆਪ ਬਾਣੀ ਪੜ੍ਹਨ ਲੱਗ ਜਾਣਾ, ਵਿਚੋਲੀਏ ਸਾਰੇ ਖਤਮ ਹੋ ਜਾਣਗੇ, ਇਸ ਗੱਲ ਦੀ ਪ੍ਰੋਬਲਮ ਹੈ। ਤਾਂ ਵੀ ਇਹਨਾਂ ਦਾ ਜਿਹੜੀਆਂ ਗੱਲਾਂ ਇਹ ਕਰਦਾ ਆ, ਉਹ ਗੱਲਾਂ ਦੇ ਨਾਲ ਧੰਦਾ ਨਹੀਂ ਚੱਲ ਸਕਦਾ, ਧਰਮ ਜ਼ਰੂਰ ਚੱਲੇ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਈ ਸਾਹਿਬ ਨੂੰ ਸਵਾਲ ਜ਼ਰੂਰ ਪੁੱਛਿਓ ਕਿ ਹਰਨੇਕ ਸਿੰਘ ਨੇਕੀ ਨੂੰ ਲੈ ਕੇ ਤੁਹਾਡੇ ਕੀ ਖਿਆਲ ਨੇ? ਹਰਨੇਕ ਸਿੰਘ ਹੋਣਾ ਦੇ ਆਪਣੇ ਵਿਚਾਰ ਨੇ, ਦੁਨੀਆਂ ਦੇ ਵਿੱਚ ਤੁਹਾਡੇ ਆਪਣੇ ਵਿਚਾਰ ਨੇ। ਹੁਣ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਇਹ ਕਿਉਂ ਨਹੀਂ ਪੁੱਛਿਆ ਵੀ ਬਾਦਲ ਬਾਰੇ ਤੁਹਾਡੇ ਕੀ ਵਿਚਾਰ ਨੇ,
वो ये क्यों नहीं पुछते भी मजिठिए बारे थोड़े की विचार ने, वो ये क्यों नहीं पुछते बीबी जगीर कौर बारे थोड़े की विचार ने। हरनेक सिंह दे अपने विचार ने, हरक दे अपने अपने विचार ने, अपने अपने विचार रखने का हरक बंदे नू हक होना चाहिए। हो सकता सच होवे, मैं अगे भैन जी नाल गल कर रहा सी, हो अगला कहिंदा जी तुहाडा सच नहीं, जरूरी नहीं सच होवे, मेरी गल कही पर मेरा एक ओपीनियन हो सकता, मैनू अपना ओपीनियन देन का हक है, थोड़ा थानू थोड़ा ओपीनियन देन का हक है। हो सकता तुसीं अपने आप नू सच्चे समझ रहे हो, इदां ही हो सकता मैनू भी भुलेखा होवे, मैं अपने आप नू सच समझदा होवां, पर यह मेरा ओपीनियन है, मैनू ओपीनियन देन का हक है, थानू थोड़ा हरनेक सिंह नू अपना, हर बंदे नू अपना ओपीनियन देन का इत्थे हक है, किसी नू वड्ढण दा मारण दा कुट्टण दा यह साडा हक नहीं। सो तुसी कहने हो कि जेड़ा ए पूजा सिस्टम है खत्म होना चाहिए, गुरबाणी का तुसी जेड़ा प्रचार कर रहे हो, साढ़े इंटरव्यू जी तुसी कहा सीगा कि आने वाले समय के जेकर अजिहा रहा तो मैं SGPC की चोणा भी लड़ांगा, हुण तैयारी खिंच ली तुसी SGPC चोणा की? मैं इदां दा कुछ शायद नहीं किया, मेरे शब्द शायद होर होणगे, मैं कहा सी सोचिया जा सकता जे कोई बंदे वधिया होण, कोई वधिया समाज, क्योंकि अज तां सोच रहे हो तुसी, सुनो उसे पट्ठे दीआं इट्टां ने ना जी, जिहड़े पट्ठे चों आपां सारे बन के आए हाँ, हुण तां भंडा भंडारी आ, किन्ना कु भार एक मुठ्ठी चक लै दूजी तैयार, असीं इक्को जिही आ, साडी सोच अजे बदलन दी लोड़ है। सानू तां कोई हथ जोड़ के बेनती करांगे तुहानू, तुहाडे वर्गे सिखां नू जिहड़े अमरीका च बैठे है, वी सानू एक एक बच्चा जम के दिओ, ठीक है, वो बच्चा इत्थे दा सिटीजन होवे, तुहाडे तों हथ जोड़ के लैके जावांगे, पर एजुकेशन इत्थे होवे उन्हां दी, फिर असीं उन्हां नू लड़ावांगे, वो सच्चे सुच्चे बंदे होणगे, ये होर पट्ठे तों बन के आए होणगे, इन्हां नू अमेरिका ने पढ़ाया होएगा, इन्हां च सच होएगा, साडे वाला लाणा तां साडे वर्गा ही होणा, इस करके कोई फर्क नहीं पैणा। ठीक है जी, मैं जांदे जांदे यही कहना चाहवांगा, कई सारी गल्लां सीगियां पर मैं इहनूं इत्थे ही खत्म करना चाहुंदा क्योंकि टाइम समां घट है साडे कोल। बड़ी गल कही जांदी है कि भाई साहब जिहड़े ने उह रब नूं नहीं मंनदे, दरबार साहब नूं सिस्टम नूं नहीं मंनदे, और इन्हां ने बड़ा जिहड़ा हैगा अंधविश्वास लोकां दे विच फैलाया होया है, उन्हां नूं की जवाब देना चाहुंगे जाते जाते? मैं रब नूं मंनदा आ, जो समग्र दा असी रूप हाँ, जिस परमात्मा दा असी भी रूप हाँ, वह समुंदर है असी बूंद हाँ, वह साढ़े तो वक् नहीं, असी एक पुजारी वालों दसिया जाता ब्रेन वाला रब है, जिन्हों बंदे वागू उत्ते बैठा आ, वह वेख रहा आ भी आ गलत हो रहा, ठीक है, मैं ऐसे रब नूं नहीं मंनदा, जिस लॉ ऑफ नेचर नूं, कुदरत दे विधान नूं, निजम नूं असी फॉलो करने हैं, मैं उन्हूं रब कह लाँ, मैं उन्हूं एनर्जी कह लाँ, मैं उन्हूं कुदरत कह लाँ, ऐसी ये गल हैगी है, इदां नहीं हैगा जिहड़ा दस्या जांदा आ वह सारा कुछ कर रहा आ, उहदे ते तां मेरे बड़े सवाल ने भी उहने निक्के निक्के साहबजादे नूं नीहां विच चिण वेले क्यों नहीं बोलिया, वह गुरु गोबिंद सिंह नूं छुरा वज्जिया उदों क्यों नहीं बोलिया, अज समाज में इन्ना कुछ गलत हो रहा क्यों नहीं बोलिया। हाँ, एक लॉ ऑफ नेचर निजम हैगा आ, जिन्हों असी समझते हैं, जिन्हों असी मानते हैं, जिन्हों गुरु साहब नाम कहिंदे है, नानक के घर केवल नाम, नाम के धारे सगले जंत, नाम के धारे खंड ब्रह्मंड है, सारा कुछ नियम ने बनाया आ, नियम कहीए, नेम कहीए, नाम कहीए, लॉ कहीए, इक्को गल है, साइंस लॉ ते खड़ी है, लॉ ऑफ नेचर ते, नैचुरल एक्ट ते, ते गुरबाणी नाम मतलब नियम ते खड़ी है, सानू इदां लगता। चलो ठीक है जी, मैं ज़्यादा समा थोड़ा नहीं लवांगा, लखमीरपुर के किसानों की घटना वापरी, वो उत्ते भी थोड़ा बयान जोड़ा बड़ा कॉन्ट्रोवर्शियल बनया, उन्होंने लैके तुम्हें की कहना? मैं थोक के गल की सी भी जिहड़ा लखमीरपुर के होया आ वो बहुत गलत होया आ, किसी भी लीडर इदा ने हत्थे तुरे जांदियां नूं मारना गलत है, हंकारी हिंदू लीडर वालों पंजाबी सिख नौजवानों नूं मारना, एक पत्रकार नूं मारना गलत है, तो साढ़े हंकारी कुछ सिखां वल्लों एक निहत्थे नूं मार के इदां पुट्ठा टंग देना भी सिख वल्लों मारना भी गलत है। किसानां दे नाल मैं बिल्कुल नाल हाँ, किसानां दे नाल हाँ, दोनों गल्लां ते मैं अपना पॉइंट ऑफ व्यू दिता, दोनों जगह दे उत्ते तुसी मारो ना, क्योंकि बेअदबी गुरु ग्रंथ साहब की हो ही नहीं सी, होई हुंदी फिर लगता भी चलो कुछ वक्खरा होया, पर इदां दा होया नहीं, मैं दोनों जगह स्टेटमेंट दित्ती है। हाँ जी, सो ऐसे के मेरे नाल भाई साहब रणजीत सिंह खालसा ढड्डरियां वाले जिन्होंने अपने जवाब दिते, स्पष्टीकरण दिता, जिहड़े सवाल कौम वल्लों पुछे जा रहे सीगे, कई धड़ेबंदियां सीगियां जिहड़ियां इह सवाल पुछना चाहुंदियां सीगियां, सो जस पंजाबी ने अपनी जिम्मेवारी समझते हुए भाई रणजीत सिंह खालसा जिहड़े ने उन्हां ढड्डरियां वाले उन्हां तों सवाल पुछे और कहा कि मैं रब नूं मंदा और जेकर स्पष्टीकरण चाहिए आओ बैठो मेरे नाल, करो मेरे नाल 1-to-1 और मैं सारे सवाल देने नूं राजी हाँ। ब्रेक तो बाद साढ़े सारे दर्शकों का स्वागत है, तो आओ सीधा लैके चलते हैं भाई साहब रणजीत सिंह खालसा ढड्डरियां वाले दे दीवान जिहड़े लगे हुए ने, की कुछ वो विचार अपने प्रकट कर रहे ने, आओ सुनदे हां उहनां दे विचार। वाहिगुरु जी का खालसा, वाहिगुरु जी की फतेह। हमेशा पिछले 3 साल तो न्यूयॉर्क विच उतरी दा
एक दिन सरदार मनिंदर सिंह हैप्पी उन्हां दे घर ठहरदा हुंना, अगले दिन मैं मैरीलैंड बाल्टीमोर चले जाना। ते जदों भी मैं न्यूयॉर्क आया, मैनू सरदार रघबीर सिंह होना ने यह सुनेहा दिता है कि कोई ना कोई प्रोग्राम, कोई ना कोई फंक्शन आपां न्यूयॉर्क विच रखीए। हस के टाल देना, मैं कहना कोई नहीं, प्रोग्राम नैट ते हुंदे ही रहिंदे आ, सुनन वाले सुन लैंदे आ, प्यार करन वाले प्यार कर लैंदे, गालां कढ़न वाले गालां कढ़ लैंदे, ते आपां खुश हां। पर मैनू कहिंदे नहीं, इस वार सुनेहा मिलिया भी घर नवां लिया है, ते थां खुला है, ते आपां उत्थे प्रोग्राम ऐदकी कर लैणा। सो बड़ी खुशी हुई। मैं पुराने घर विच भी चार पांच वारी जा आया, प्रशादा छकिया, परिवार नाल बैठा मिलिया, हुण नवां घर वेखिया, होर भी खुशी हुई है। थां वेख के जगह बड़ी सोहनी है, नवां घर एदू भी जिहड़ा बनिया, एदू वड्डा जिड्डा वड्डा मर्जी बना लैण, सोहना थां मिल गया। सारिआं नाल प्यार करदे ने, सारिआं दे दुख सुख विच बहिंदे ने, इसे करके अज तुसीं भी वीकडे विच इहनां दे घर बैठे। कारण ही यह है, जिन्नी क सांझ साडी किसे नाल लैण देण प्यार हुंदा है, उसे करके सारे एक दूजे नाल। बाबा मक्खन शाह लवाणा गुरद्वारा साहब की प्रबंधक कमेटी, मास्टर महिंदर सिंह होनी, सारे पहला पहला जो मैं आउंदा जांदा रहा, मिलदा रहा, मेरे तो पहला साबका प्रधान जी वीर जी बोल रहे थे। सो सारियां नाल मेल मिलाप रहा, पहले समयां विच सब नाल गलबात करदे रहा, आउंदा रहा। सो आप सारिया संगतां नूं, जी आया नूं, जिन्हां ने सरदार रघबीर सिंह होणा दे घर इस खुशी दे मौके उत्ते, खुशी बंडिया ते वधदी है, दुख बंडिया ते घटदा है। जिन्हां असी सानूं कोई खुशी मिले, असी कोशिश करिए संगत नाल सांझी करिए। मैं वेखदा हुंदा है कईआं दे इत्थे मुंडा हुंदा है, कोई पुत्तर होया, कोई धी होई, मैनूं इंडिया विच फोन करके कहणगे भाई साहब ऐतकी लंगर लाओ साडे वल्लों, असी चाहुंदे आ वी साडी खुशी सारी संगत विच सांझी होवे, उत्थे साडे वल्लों सारी संगत नूं प्रशादा छका दिओ, कोई ना कोई खीर दा लंगर ला दिओ, कोई जलेबियां दा ला दिओ, भी जिहड़ा किनका किसी गरीब दे मूंह विच पै जावे, इत्थों तक भी सोचण वाले वीर हन भी किते ना किते जिथे साडे घरां दे विच रौनकां ने, साडे घर विच किसी गल दी कमी, किसी गल दा घाटा नहीं, उत्थे किसी लोड़वंद तक भी साडा किनका जिहड़ा है पहुंच जावे। और कोई पता नहीं भाई किसी गरीब के मूँह में पाए किनके ने तुहानू किन्ने करोड़ा हो के वापस आना, किसी गरीब की असीस ने तुहानू किन्ना क देना। मैं तो कल हसदा सी, साडे इत्थे मुंडिया ने ना एसकलेट गड्डी नवी ली है, तो नवी गड्डी लैके चलाउंदे ट्रकी ने, तो ट्रक चला के तो अपने बापू नू गड्डी लैके दित्ती है। ट्रक चलाउंदे ने कोई बहुती वड्डी इनकम नहीं है, 7-8 हज़ार महीने का बचाते हैं, तो अपने डैडी नू, अपने पिता नू एसकलेट गड्डी नवी कढ़ा के $1,00,000 दी, तो अपने डैडी नू दित्ती है, कहिंदे पापा सारी जिंदगी साडियां रीझां पूरियां करदा रहा, हुण साडा जी करदा भी असी तेरी रीझ पूरी करिए, साडे वास्ते तू सारा कुछ करदा रहा है, तो साडा भी जी करदा भी हुण असी तेनू गड्डी लैके दईए, तू भी कितने सोहनी गड्डी दे विच झूटे लवें। ते मैं उन्हूं कल हसदा सी, मैं कहा तू मेरी गल लिख लै, जिहड़ा तू बापू नूं इन्ना खुश कीता, बापू भी तेरा चंगा धार्मिक बंदा है, सच्चा बंदा है, गुरसिख बंदा है, जुड़िया होया बंदा है, ते तुसी अपने बापू नूं एक टुट्टी जी गड्डी चों कढ के एड्डी वड्डी एसकलेट लै के नवीं दित्ती, ते बापू लै झूटे आनंद लै, ते तुहानूं याद रखी ये गल, तुहाडू गड्डी है जिहड़ी इहने इन्हें बड़ी बरकत पा देनी है, जिहड़ा तुसी बापू का मन खुश कर लिया। गल गड्डी दी नहीं, गल बापू दी खुशी दी है, एक मां दी एक पिता दी असीस दी गल है। जदों दिलों कोई दुआ दिंदा है, असीस दिंदा है, वह बड़ी वड्डी गल हुंदी है। कई बारी अंदरों बंदा पूरा भिज के कह दिंदा ना भी तेरा मां कितें दिलों कह दवे पुत्रा बस कोई घाटा ना रवे, तो नहीं रहिंदा, तो कई बार गुस्से च आके कह देना बह जे तेरा बेड़ा, तो बेड़ा बह भी जाता है। मावां कहिंदियां नहीं हुंदियां इदां, हमेशा मावां अपने बच्चियां नूं वध असीसां देंदियां नहीं, पर जिथों तक हो सके वाह लगे अपने माँ प्यो दियां असीसां ही लैनियां चाहीदियां, कदे वध असीस ना लो, असीस ही लो, असीस ही।
जप मन सतनाम सदा सत राम, जप मन सतनाम सदा सत नाम, जप मन सतनाम सदा सत नाम जी, जप मन सतनाम पढ़ो जी पढ़ो, हाँ जप मन सतनाम सदा सको ना सदा सतनाम, जप मन सतनाम सदा सतनाम, जप मन सतनाम सदा सतनाम, पलक मुख उजल हुई है, हलत पलत मुख उजल हुई है, हलत पलत मुख उजल हुई है, हलत पलत बड़ो जी भैन हो, हलत पलत मुख मुख उजल हुई है, उजल हुई है, उजल हुई है, मुख उजल हुई है, उजल हुई है, नित त्याई है हर पुरख निरंजना, नित त्याई है हर पुरख निरंजना, नित त्याई है हर पुरख निरंजना, नित त्याई है नित त्याई है हर पुरख सच्चा ज्ञान सदा समझदा रही, समझदा रही, समझदा रही सदा नित। फिर होएगा कि इधर सुनना जी जरा त्यार था। काम धेन गऊ स्वर्गां विच मन्नी गई है, कहिंदे काम धेन गां इदां दी है भी उहदे तों जो मंगो मिल जांदा है। ते चौथे पातशाह कहिंदे आ जे अकल आला बन जाए ते जो तैनूं चाहीदा है तूं आप ही कमा सकदा, मंगणा कहदे लई, कमाई कर लो, आप मेहनत कर लो, मंगते क्यों बनना है, कमा लो। कहिंदे तेरी अकल ही तेरे लई काम धेन गऊ है, जदों ज्ञान लै लिया दिमाग तेरा पिया चल, तेरा दिमाग चल पिया, तेनूं अकल आ गई अपनी जिंदगी लई अपना जो कमाउणा होया आप ही कमा ली, कहदे लई तूं मंगणा है। काम धेन गऊ वो कहिंदे कोई लोड़ नहीं, इच्छा पूरक सर्व सुख दाता हर, परमात्मा हरी सर्व सुखा सुख पूरे करन वाला आ, आ फैलिया होया कुदरत दा विधान है जेड़ा, एदे विच्चों जो मर्जी प्राप्त कर लो, अकल नाल समझ नाल प्राप्त करो, इच्छा पूरक जेड़ी भी इच्छा पूरी कर सकते हो, पर दिमाग लड़ाउणा पैना है, दिमाग चलाउणा पैना है, इच्छा पूरक सर्व सुख दाता हर, जाके वस है काम धेन, वो भी इहदे वस ही है, सो ऐसा हर त्याई है मेरे जीड़े ता सर्व सुख पावे है मेरे मना, मेरे मना सारे सारे सुख प्राप्त कर लेगा, पर सच्चा ज्ञान जिंदगी विच लै
ਤੇ ਜਿੱਥੇ ਜਹਿ ਹਰ ਸਿਮਰਨ ਭਇਆ ਲਓ ਇੱਕ ਵਾਰ ਪੰਕਤੀ ਬੋਲ ਕੇ ਸੁਣ ਲਓ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਪਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹੋ ਮਤ ਦਿਨੀ ਜਪ ਹਰ ਭਵ ਜਲ ਤਰਨਾ ਕਹਿੰਦੇ ਹਰੀ ਨੂੰ ਜਪ ਕੇ ਹਰੀ ਨੂੰ ਸਮਝ ਕੇ ਕਹਿੰਦੇ ਭਵ ਜਲ ਤਰਿਆ ਜਾ ਸਕਦਾ ਕੁਦਰਤ ਪੂਜਣੀ ਨਹੀਂ ਕੁਦਰਤ ਸਮਝਣੀ ਹੈ ਰੱਬ ਪੂਜਣਾ ਨਹੀਂ ਰੱਬ ਨੂੰ ਸਮਝਣਾ ਜਾਣਨਾ ਤੇ ਜਿੰਨਾ ਜਿੰਨਾ ਬੰਦਾ ਜਾਣੇਗਾ ਓਨੀ ਜਾਨ ਸੌਖੀ ਹੋ ਜਾਏਗੀ ਸੋ ਆਪ ਸਾਰੀਆਂ ਸੰਗਤਾਂ ਨੂੰ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਵੀ ਕੋਈ ਨੈੱਟ ਦੇ ਉੱਤੇ ਪ੍ਰੋਗਰਾਮ ਹੋਵੇ ਸਾਰਾ ਸੁਣ ਕੇ ਵੇਖੋ ਕੱਟ ਵੱਢ ਕਰਕੇ ਹੁੰਦਾ ਕੁਝ ਹੋਰ ਹੈ ਬਣਾ ਕੁਝ ਹੋਰ ਦਿੱਤਾ ਜਾਂਦਾ ਉਹਦਾ ਰੂਪ ਹੈ ਜਿਹੜਾ ਹੋਰ ਹੀ ਕੁਝ ਬਣ ਜਾਂਦਾ ਹੁਣ ਸੁਣ ਕੇ ਵੇਖੋ ਇੱਕ ਸੈਕਿੰਡ ਲਈ ਗੱਲ ਸਮਝਿਓ ਮੈਂ ਇੱਕ ਸਟੇਟਮੈਂਟ ਦੇ ਰਿਹਾ ਸਟੇਜ 'ਤੇ ਕਿ ਭਾਈ ਜਦੋਂ ਅਸੀਂ ਇੱਧਰ ਸੁਣਿਆ ਜਦੋਂ ਅਸੀਂ ਕਿਸਾਨੀ ਮੋਰਚੇ ਦੇ ਵਿੱਚ ਇੱਕ ਬੰਦੇ ਨੂੰ ਵੱਢਾਂਗੇ ਵੱਢ ਕੇ ਟੰਗਾਂਗੇ ਉਹਦੇ ਨਾਲ ਸਿੱਖਾਂ ਨੂੰ ਉੱਥੋਂ ਦਾ ਹਿੰਦੂ ਮੀਡੀਆ ਉੱਥੋਂ ਦਾ ਮੀਡੀਆ ਦਰਿੰਦੇ ਕਹੇਗਾ ਉੱਥੋਂ ਦਾ ਮੀਡੀਆ ਬੇਰਹਿਮ ਕਹੇਗਾ ਸਾਨੂੰ ਮੀਡੀਆ ਕਹਿੰਦਾ ਪੰਜਾਬੀ ਬੇਰਹਿਮ ਨੇ ਸਾਨੂੰ ਮੀਡੀਏ ਨੇ ਕਹਿਣਾ ਪੰਜਾਬੀ ਦਰਿੰਦੇ ਨੇ ਆਪਾਂ ਇੱਦਾਂ ਦਾ ਕੰਮ ਨਾ ਕਰੀਏ ਵੀ ਬੰਦੇ ਨੂੰ ਵੱਢ ਕੇ ਲਮਕਾਈਏ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸੀ ਕੀਤੀ ਕਰਨ ਆਇਆ ਸੀ ਫੜ ਲੈਂਦੇ ਕੁੱਟ ਲੈਂਦੇ ਸਜ਼ਾ ਦੇ ਲੈਂਦੇ ਅੰਦਰ ਜੋ ਮਰਜ਼ੀ ਹੋ ਜਾਂਦਾ ਦੁਨੀਆਂ ਦੇ ਸਾਹਮਣੇ ਮਾਰ ਕੇ ਟੰਗਾਂਗੇ ਲੋਕੀ ਸਾਡੀਆਂ ਗੱਲਾਂ ਕਰਨਗੇ ਸਾਨੂੰ ਬੇਰਹਿਮ ਕਹਿਣਗੇ ਆਹ ਜਿਹੜੇ ਮੀਡੀਏ ਵਾਲੇ ਨੇ ਇਹ ਸਾਨੂੰ ਗੱਲ ਨੂੰ ਦਰਿੰਦੇ ਕਹਿਣਗੇ ਸਟੇਟਮੈਂਟ ਤੇ ਇਹ ਹੈ ਵੀ ਮੀਡੀਆ ਵਾਲੇ ਸਾਡੇ ਸਿੱਖਾਂ ਦੀ ਛਵੀ ਨਾ ਖਰਾਬ ਕਰਨ ਤੇ ਪਤਾ ਬਾਅਦ ਚ ਕਹਿਣਗੇ ਕੀ ਢੱਡਰੀਆਂ ਵਾਲਾ ਕਹਿੰਦਾ ਸਿੱਖ ਦਰਿੰਦੇ ਨੇ ਢੱਡਰੀਆਂ ਵਾਲਾ ਕਹਿੰਦਾ ਸਿੱਖ ਬੇਰਹਿਮ ਨੇ ਸਟੇਟਮੈਂਟ ਇਹ ਦਿੱਤੀ ਹੈ ਵੀ ਮੀਡੀਆ ਸਾਨੂੰ ਇੱਦਾਂ ਬਣਾ ਦੇਗਾ ਅਸੀਂ ਇਹੋ ਜਿਹਾ ਕੰਮ ਕਦੀ ਨਾ ਕਰੀਏ ਅਮਰੀਕਾ 'ਚ ਰਹਿੰਦੇ ਹੋ ਕੋਈ ਇਹੋ ਜਿਹਾ ਕੰਮ ਨਾ ਕਰਿਓ ਵੀ ਸਿੱਖ ਬਦਨਾਮ ਹੋਣ ਇੰਡੀਆ 'ਚ ਰਹਿੰਦੇ ਹੋ ਕੋਈ ਇਹੋ ਜਿਹਾ ਕੰਮ ਨਾ ਕਰਿਓ ਵੀ ਸਿੱਖ ਬਦਨਾਮ ਹੋਣ ਅਗਲੇ ਤਾਂ ਚਾਹੁੰਦੇ ਨੇ ਕਿ ਮੌਕਾ ਮਿਲੇ ਅਸੀਂ ਤੁਹਾਡੇ ਬਾਰੇ ਬੋਲੀਏ ਉੱਥੋਂ ਦਾ ਮੀਡੀਆ ਤਾਂ ਮੌਕਾ ਭਾਲਦਾ ਅਸੀਂ ਕਿਉਂ ਕਿਸੇ ਨੂੰ ਮੌਕਾ ਦੇਈਏ ਬੋਲਣ ਦਾ ਕਿਉਂ ਕਿਸੇ ਨੂੰ ਟਾਈਮ ਦੇਈਏ ਬੋਲਣ ਦਾ ਅਸੀਂ ਸੂਝਵਾਨ ਹੋ ਕੇ ਸਿਆਣੇ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਨੇ ਨੇ ਪੜ੍ਹੇ ਲਿਖੇ ਬਣਨਾ ਵੱਡੇ ਵੱਡੇ ਅਹੁਦਿਆਂ 'ਤੇ ਪੜ੍ਹਾਈਆਂ ਕਰਕੇ ਪਹੁੰਚਣਾ ਆਪਣੇ ਬੱਚਿਆਂ ਨੂੰ ਪੜ੍ਹਾਈਆਂ ਕਰਨੀਆਂ ਸਿਖਾਉਣੀਆਂ ਨੇ ਮੇਰੇ ਉਹ ਵੀਰੋ ਮੇਰੀ ਉਹ ਭੈਣੋ ਅਮਰੀਕਾ ਵਿੱਚ ਆ ਗਏ ਹੋ ਇੱਥੇ ਸਭ ਤੋਂ ਜ਼ਰੂਰੀ ਇਹ ਹੈ ਠੀਕ ਹੈ ਇੱਕ ਟਾਈਮ ਉਹ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੇਲਾ ਸੀ ਉਦੋਂ ਤਲਵਾਰਾਂ ਤਿੱਖੀਆਂ ਕੀਤੀਆਂ ਜਾਂਦੀਆਂ ਸੀ ਨੇਜੇ ਤਿੱਖੇ ਕੀਤੇ ਜਾਂਦੇ ਸੀ ਠੀਕ ਹੈ ਨਹੀਂ ਗੱਲ ਨੇਜੇ ਤਿੱਖੇ ਕੀਤੇ ਜਾਂਦੇ ਸੀ ਪਰ ਅੱਜ ਦਾ ਜ਼ਮਾਨਾ ਬਦਲ ਗਿਆ ਹੁਣ ਦਿਮਾਗ ਤਿੱਖੇ ਕਰਨੇ ਪੈਣੇ ਆ ਆਪਣੇ ਬੱਚਿਆਂ ਨੂੰ ਸਿਖਾਓ ਦਿਮਾਗ ਤਿੱਖੇ ਕਰੋ ਪੜ੍ਹੋ ਬਈ ਮੇਅਰ ਬਣਨਾ ਹੈ ਅਸੀਂ ਹੌਲੀ ਹੌਲੀ ਮੰਤਰੀ ਬਣਨਾ ਹੈ ਇਹ ਵੀ ਕਹੋ ਸਾਡਾ ਪੰਜਾਬੀ ਇੱਕ ਦਿਨ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਰਾਸ਼ਟਰਪਤੀ ਪੰਜਾਬੀ ਬਣਾਉਣਾ ਆਪਾਂ ਇੱਦਾਂ ਕਿਹਾ ਕਰੋ ਆਪਣੇ ਬੱਚਿਆਂ ਨੂੰ ਨੂੰ ਟਾਰਗੇਟ ਦੇ ਦਿਓ ਵੀ ਪੁੱਤ ਤੈਨੂੰ ਪ੍ਰਧਾਨ ਮੰਤਰੀ ਬਣਾਉਣਾ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਪੜ੍ਹਾਉਣ ਪੜ੍ਹਾਈ ਲਿਖਾਈ ਕਰਾਉਣੀ ਹੈ ਨੌਲੇਜ ਦੇਣੀ ਹੈ ਅਕਲ ਦੇਣੀ ਹੈ ਪੁਰਾਣੇ ਵੇਲਿਆਂ ਵਿੱਚ ਸੂਰਮੇ ਸੀ ਕੋਈ ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ ਉਦੋਂ ਤਲਵਾਰਾਂ ਚਲਾਉਣ ਵਾਲੇ ਸੂਰਮੇ ਸੀ ਉਦੋਂ ਜੰਗਾਂ ਲੜਨ ਵਾਲੇ ਸੂਰਮੇ ਸੀ ਉਦੋਂ ਲੜਾਈ ਸੀ ਜਿਹੜੀ ਜੰਗ ਸੀ ਉਹ ਸੀ ਮੈਦਾਨ ਵਿੱਚ ਹੁਣ ਜੰਗ ਹੈ ਐਜੂਕੇਸ਼ਨ ਵਿੱਚ ਪੜ੍ਹਾਈ ਦੇ ਵਿੱਚ ਸੁਣੋ ਧਿਆਨ ਨਾਲ ਗੱਲ ਨੋਟ ਕਰ ਲੈਣਾ ਪੜ੍ਹੇ ਲਿਖੇ ਬੈਠੇ ਹੋ ਸੁਣੋ ਪਾਤਸ਼ਾਹ ਕਹਿੰਦੇ ਸੀ ਉਸ ਵੇਲੇ ਦਾ ਟਾਈਮ ਸੀ ਉੱਥੇ ਤੱਕ ਵੱਢਦਾ ਪਹੁੰਚਿਆ ਤਾਂ ਸੂਰਮਾ ਹੈ ਉਦੋਂ ਇਹ ਸੀ ਕਿੰਨਿਆਂ ਨੂੰ ਮਾਰ ਕੇ ਪਹੁੰਚਿਆ ਬੰਦਾ ਉਹ ਸੂਰਮਾ ਹੈ ਅੱਜ ਪਤਾ ਕੀ ਹੈ ਉਹ ਵਧੀਆ ਅਹੁਦਾ ਹੈ ਸਰਕਾਰੀ ਅਹੁਦਾ ਹੈ ਬਿਜ਼ਨਸ ਹੈ ਤਕੜਾ ਉੱਥੇ ਇੰਨੇ ਬੰਦਿਆਂ ਦੀ ਬੰਦੇ ਲੱਗੇ ਆ ਉਸ ਬਿਜ਼ਨਸ ਤੱਕ ਉਹ ਅਹੁਦੇ ਤੱਕ ਪਹੁੰਚਣ ਲਈ ਸਾਰਿਆਂ ਨਾਲ ਲੜਦਾ ਰਾਤਾਂ ਨੂੰ ਜਾਗ ਪੜ੍ਹ ਉਸ ਅਹੁਦੇ ਤੱਕ ਪਹੁੰਚ ਜਾ ਅੱਜ ਤੂੰ ਸੂਰਮਾ ਸੁਣੋ ਇੰਡੀਆ ਵਿੱਚ ਜੇ ਤੁਸੀਂ ਇਹ ਕਹੋ ਵੀ ਹਰ ਸਾਲ ਅਕਾਲ ਤਖ਼ਤ ਉੱਤੇ ਜਿੰਨੇ ਪੰਜਾਬੀ ਬੱਚੇ ਜੱਜ ਬਣਨਗੇ ਉਹਨਾਂ ਦਾ ਸਨਮਾਨ ਕਰਾਂਗੇ ਜਿੰਨੇ ਪੰਜਾਬੀ ਬੱਚੇ ਜੱਜ ਬਣਨਗੇ ਹਰ ਸਾਲ
पीसीएस ऑफिसर बनगे आईपीएस क्लीयर करनगे असी उन्हां दा अकाल तख्त ते बुला के सत्कार करांगे। ਇਹ ਸੂਰਮੇ ਨੇ ਕਿਉਂ ਸੂਰਮੇ ਪਤਾ ਕਿਉਂ ਨੇ ਲੱਖਾਂ ਨਾਲ ਲੜ ਕੇ ਤੇ ਇੱਥੇ ਤੱਕ ਪਹੁੰਚੇ ਨੇ। ਉਦੋਂ ਲੜਾਈਆਂ ਹੁੰਦੀਆਂ ਸੀ ਤਲਵਾਰਾਂ ਨਾਲ, ਅੱਜ ਲੜਾਈ ਹੁੰਦੀ ਹੈ ਕਲਮ ਨਾਲ। ਹੁਣ ਤੇ ਪੜ੍ਹਾਈ ਦੀ ਲੜਾਈ ਹੈ ਤੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੇ ਅਕਾਲ ਤਖ਼ਤ ਸਾਹਿਬ ਤੇ ਬੁਲਾ ਕੇ ਉਹਨਾਂ ਬੱਚਿਆਂ ਦਾ ਸਨਮਾਨ ਕਰਨ ਜਿਹੜੇ ਬੱਚੇ ਪੀਸੀਐਸ ਬਣ ਜਾਂਦੇ ਨੇ ਹਰ ਸਾਲ 400-500 ਬੱਚੇ ਦਾ ਸਨਮਾਨ ਹੋਵੇ ਤੇ ਤੁਹਾਡੇ ਸਾਰੇ ਬੱਚੇ ਡਬਲ ਨਹੀਂ ਪੜ੍ਹਾਈ ਕਰਨਗੇ। ਉਹ ਇੱਡੇ ਵੱਡੇ ਥਾਂ ਤੇ ਸਾਨੂੰ ਸਰੂਪਾ ਮਿਲੇਗਾ ਜੇ ਮੈਂ ਜੱਜ ਬਣਿਆ। ਬਣੇ ਨਹੀਂ ਕਿਹਦੀ ਗੱਲ, ਅਸੀਂ ਹੁਣ ਢਾਡੀ ਵੀਰ ਬਾਰਾਂ ਨੇ ਗਾ ਵੀਰਾਂ ਨੇ ਗਾਣਾ। ਸੂਰਮਾ ਕੌਣ ਹੈ ਜਿਹੜਾ ਜੰਗ ਲੜਦਾ, ਤਲਵਾਰ ਲੜਦਾ? ਹੁਣ ਅੱਜ ਕੱਲ੍ਹ ਦੇ ਬੱਚੇ ਕਹਿੰਦੇ ਵੀ ਜੰਗ ਕਿੱਥੇ ਲੜ ਕੇ ਵਿਖਾਈਏ, ਜੰਗ ਲੜਾਂਗੇ ਕਿਸੇ ਨੇ ਮੁੱਕੀ ਮਾਰਾਂਗੇ ਅਗਲਾ ਜੇਲ੍ਹ ਕਰਾ ਦੇਗਾ, ਲੜੀਏ ਕਿਹਦੇ ਨਾਲ? ਫਿਜੀਕਲੀ ਮੈਂ ਤਕੜਾ, ਮੈਂ ਸੂਰਮਾ, ਮੈਂ 10 ਬੰਦਿਆਂ ਨੂੰ ਮਾਰ ਸਕਦਾ, ਮਾਰ ਸਕਦਾ ਹੋਏਗਾ, ਮਾਰ ਨਹੀਂ ਨਾ ਸਕਦਾ ਅਗਲਾ, ਅੱਗੋਂ ਅਗਲੇ ਨੇ ਕੇਸ ਕਰ ਦੇਣਾ, ਫਿਰ ਕਿਹਦੇ ਦੰਦ ਭੰਨ ਦਈਏ, ਕਿਹਦਾ ਕਤਲ ਕਰਕੇ ਸੂਰਮੇ ਬਣੀਏ? ਉਦੋਂ ਦੇ ਸੂਰਮੇ ਉਦੋਂ ਸਨ, ਅੱਜ ਦੇ ਸੂਰਮੇ ਅੱਜ ਨੇ, ਉਦੋਂ ਉਹ ਸੂਰਮੇ ਸੀ ਜਿਹੜੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਵਰਗੇ ਤਲਵਾਰਾਂ ਨਾਲ ਲੜਦੇ ਸੀ। ਅੱਜ ਅਸੀਂ ਪੜ੍ਹਾਈ ਕਰਨੀ ਹੈ, ਅੱਜ ਦੇ ਸੂਰਮੇ ਬਣਨਾ, ਅੱਜ ਪੜ੍ਹਾਈ ਕਰੋ। ਤੇ ਵੀਰੋ ਮੇਰਿਓ ਮੈਨੂੰ ਜਵਾਬ ਦੇਣਾ, ਤੁਸੀਂ ਤੁਹਾਡੇ ਜਿੰਨੇ ਬੱਚੇ ਪੜ੍ਹ ਰਹੇ ਹੈ ਦੱਸੋ, ਤਲਵਾਰਾਂ ਵਾਲੇ ਸੂਰਮੇ ਬਣ ਸਕਦੇ ਆ ਕਿ ਕਲਮਾਂ ਵਾਲੇ ਬਣ ਸਕਦੇ ਆ? ਬੋਲੋ, ਕਲਮਾਂ ਵਾਲੇ ਵੱਡੇ ਅਹੁਦਿਆਂ ਤੇ ਜਾ ਸਕਦੇ ਆ ਨਾ, ਗਲਤ ਕੀ ਹੈ ਇਹਦੇ ਵਿੱਚ? ਉਦੋਂ ਦੇ ਉਹ ਮਹਾਨ ਹੈ, ਅੱਜ ਦੇ ਮਹਾਨ ਤੇ ਹੋਰ ਹੈ, ਸਮਾਂ ਬਦਲ ਗਿਆ ਵੀਰੋ। ਕਦੇ ਰਬਾਬ ਸੀ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਰਬਾਬ ਦਾ ਸਮਾਂ ਹੁਣ ਪਿੱਛੇ ਹੋ ਗਿਆ, ਹੁਣ ਨਗਾਰਾ ਲਿਆਉਣਾ ਪੈਣਾ ਹੈ। ਗੁਰੂ ਨਾਨਕ ਪੈਦਲ ਸੀ, ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਘੋੜੇ ਰੱਖਣੇ ਪੈਣੇ ਆ। ਗੁਰੂ ਨਾਨਕ ਜੰਗਲਾਂ ਵਿੱਚ ਸੀ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਣ ਮੈਨੂੰ ਮਹਿਲ ਬਣਾਉਣੇ ਪੈਣੇ ਆ। ਤੇ ਆਪਾਂ ਵੀ ਹੁਣ ਨਵਾਂ ਸੋਚ ਲਓ ਵੀ ਆਪਣੇ ਬੱਚਿਆਂ ਨੂੰ ਸਿਰਫ ਪੜ੍ਹਾਉਣਾ ਪੜ੍ਹਾਉਣਾ ਪੜ੍ਹਾਉਣਾ। ਢਾਡੀ ਵੀਰੋ, ਰਾਗੀ ਵੀਰੋ, ਪੁਰਾਣੇ ਇਤਿਹਾਸ ਦੇ ਨਾਲ ਨਵਾਂ ਵੀ ਸੁਣਾਇਆ ਕਰੋ ਬੱਚਿਓ। ਉਦੋਂ ਵਾਲਿਆਂ ਨੇ ਆਹ ਕੀਤਾ ਸੀ, ਹੁਣ ਵਾਲਿਆਂ ਨੇ ਆਹ ਕਰਨਾ, ਇਹ ਨਾਲ ਸਿਖਾਇਆ ਕਰੋ। ਪੁਰਾਣਿਆਂ ਦਾ ਇਤਿਹਾਸ ਸੁਣਾਈ ਚੱਲੋ ਵੀ ਬੜੇ ਕਮਾਲ ਦੇ ਸੀ, ਪਰ ਹੁਣ ਵਾਲਿਆਂ ਨੂੰ ਵੀ ਦੱਸੋ ਵੀ ਕਮਾਲ ਦੇ ਕਿਵੇਂ ਬਣਨਾ ਹੈ। ਹੁਣ ਵਾਲਿਆਂ ਨੂੰ ਪੀਸੀਐਸ ਕਲੀਅਰ ਕਿਵੇਂ ਕਰਨੀ ਹੈ, ਜੱਜ ਕਿਵੇਂ ਬਣਨਾ ਹੈ? ਅਮਰੀਕਾ ਦਾ ਸਭ ਤੋਂ ਵਧੀਆ ਵੱਡੇ ਵੱਡੇ ਅਹੁਦੇ ਨੇ ਜਿਹੜੇ, ਆਪਣੇ ਬੱਚਿਆਂ ਨੂੰ ਦੱਸੋ ਵੀ ਆਹ ਅਹੁਦੇ ਨੇ ਇੱਥੇ ਤੈਨੂੰ ਵੇਖਣਾ ਸੀ ਸਿੱਖਾ। ਉਹ ਚ ਮੈਂ ਤੁਹਾਨੂੰ ਵੀ ਕਹਿ ਰਿਹਾ, ਮੈਂ ਗੁਰਦੁਆਰੇ ਵਾਲਿਆਂ ਨੂੰ ਵੀ, ਅਮਰੀਕਾ ਅਕਾਲ ਤਖ਼ਤ ਵਾਲੇ ਸੱਦਣ ਨਾ ਸੱਦਣ, ਜਿਹੜਾ ਬੱਚਾ ਤੁਹਾਡੇ ਇੱਥੇ ਵੱਡੀ ਪੋਸਟ ਤੇ ਜਾਂਦਾ ਤੁਸੀਂ ਗੁਰਦੁਆਰਿਆਂ 'ਚ ਬੁਲਾ ਕੇ ਸਨਮਾਨ ਕਰਿਆ ਕਰੋ, ਤੁਹਾਡੇ ਗੁਰਦੁਆਰਿਆਂ 'ਚ ਉਹਦਾ ਸਨਮਾਨ ਕਰਿਆ ਕਰੋ। ਜਿਹੜਾ ਬੱਚਾ ਵਧੀਆ ਅਹੁਦੇ ਤੇ ਪਹੁੰਚਿਆ ਉਹਦਾ ਗੁਰਦੁਆਰੇ ਇਸ ਕਰਕੇ ਸਨਮਾਨ ਕਰਿਆ ਕਰੋ ਵੀ ਇਸ ਬੱਚੇ ਨੇ ਆਹ ਇਗਜ਼ਾਮ ਕਲੀਅਰ ਕੀਤਾ ਤਾਂ ਇਹਦਾ ਗੁਰਦੁਆਰੇ ਸਨਮਾਨ ਕੀਤਾ। ਸਭ ਤੋਂ ਛੋਟੀ ਉਮਰ ਦੇ ਬੱਚੇ ਨੇ ਜੇ ਬਿਜ਼ਨਸ ਸੈੱਟ ਕੀਤਾ ਹੋਵੇ ਆਪਣਾ, ਵਧੀਆ ਬਿਜ਼ਨਸ, ਕੋਈ ਸੋਫਟਵੇਅਰ, ਕੋਈ ਇੰਜੀਨੀਅਰਿੰਗ ਕਰ ਰਿਹਾ, ਕਿਸੇ ਬੱਚੇ ਨੇ ਕੋਈ ਨਵੀਂ ਚੀਜ਼ ਕਾਢ ਕੱਢੀ ਹੈ, ਉਸ ਬੱਚੇ ਦਾ ਗੁਰਦੁਆਰਿਆਂ 'ਚ ਸਨਮਾਨ ਕਰਿਆ ਕਰੋ ਬੁਲਾ ਕੇ। ਅਕਾਲ ਤਖ਼ਤ ਵਾਲਿਆਂ ਨੇ ਤਾਂ ਨਹੀਂ ਕਰਨਾ, ਉਹ ਤੇ ਚਾਪਲੂਸੀਆਂ ਸੁਣਦੇ ਨੇ, ਜਿਹੜਾ ਲੀਡਰਾਂ ਦੇ ਪੈਰੀ ਪੈ ਜਾਂਦਾ ਉਹਨਾਂ ਨੂੰ ਅਵਾਰਡ ਦੇ ਦਿੰਦੇ ਆ, ਜਿਹੜਾ ਲੀਡਰਾਂ ਦੇ ਵਿਰੁੱਧ ਬੋਲਦਾ ਉਹਨੂੰ ਛੇਕ ਦਿੰਦੇ ਆ, ਉਹ ਤੇ ਉੱਥੇ ਤੇ ਚੱਲਦੀ ਲੀਡਰਾਂ ਲੂਡਰਾਂ ਦੀ। ਪਰ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਨਾ ਉਹਨਾਂ ਦਾ ਸਨਮਾਨ ਕਰਿਆ ਕਰੋ ਜਿਹੜੇ ਬੱਚੇ ਤੁਹਾਡੇ ਵਧੀਆ ਪੜ੍ਹਾਈ ਕਰਦੇ ਆ। ਉਸ ਕੁੜੀ ਦਾ ਸਨਮਾਨ, ਧੀ ਦਾ ਸਨਮਾਨ ਵੀ ਆਹ ਲੜਕੀ ਸਾਡੀ ਨੇ ਇਗਜ਼ਾਮ ਕਲੀਅਰ ਕੀਤਾ। ਤੁਹਾਡੇ ਬੱਚਿਆਂ ਨੂੰ ਹੌਸਲਾ ਮਿਲੇ, ਤੁਹਾਡੇ ਬੱਚੇ ਪੜ੍ਹਾਈਆਂ ਕਰਨ, ਤੁਹਾਡੇ ਬੱਚੇ ਅੱਗੇ ਲੰਘਣ, ਇਹ ਹਿੰਮਤ ਕਰਨੀ ਹੈ, ਇਹ ਕੋਸ਼ਿਸ਼ ਕਰਨੀ, ਆਪਣੇ ਬੱਚਿਆਂ ਨੂੰ ਵੱਡੇ ਬਣਾਓ। ਵੀਰੋ ਆਹ ਗੱਲਾਂ ਕਰੀਦੀਆਂ ਨੇ, ਬੜੇ ਲੋਕਾਂ ਨੂੰ ਚੁੱਭਦੀਆਂ ਨੇ, ਜੇ ਤੁਸੀਂ ਸਾਰਾ ਦੀਵਾਨ ਸੁਣੋਗੇ ਤੇ ਮਾੜੀ ਗੱਲ ਕੋਈ ਵੀ ਨਹੀਂ, ਕੱਟ ਵੱਟ ਕਰ ਦਿੰਦੇ ਆ, ਕਿਹਾ ਕੁਝ ਹੋਰ ਹੁੰਦਾ, ਬਣਾ ਕੁਝ ਹੋਰ ਹੀ ਦਿੰਦੇ ਆ, ਕਿਉਂਕਿ ਹੁਣ ਬਣਦੀ ਨਹੀਂ। ਜਦੋਂ ਬਣਦੀ ਨਾ ਹੋਵੇ ਫਿਰ ਤੇਰੀ ਹਰ ਗੱਲ ਚੁੱਭਦੀ ਹੈ, ਜਦੋਂ ਤੇਰੇ ਨਾਲ ਬਣਦੀ ਹੈ ਫਿਰ ਤੇਰਾ ਸਾਰਾ ਕੁਝ ਹੀ ਠੀਕ ਹੈ, ਭਾਵੇਂ ਤੂੰ ਗਲਤੀ ਹੋਵੇ ਫਿਰ ਤੇਰਾ ਸਾਰਾ ਕੁਝ ਹੀ ਠੀਕ। ਇੱਦਾਂ ਹੀ ਹੈ ਨਾ, ਜਦੋਂ ਨਹੀਂ ਬਣਦੀ ਹੁੰਦੀ ਫਿਰ ਤੇ ਤੇਰੀ, ਤੇਰੇ ਨਾਲ ਨਹੀਂ ਮੈਂ ਵਸਣਾ, ਤੇਰੀ ਖਾਂਦੇ ਦੀ ਦਾੜੀ ਹਿਲਦੀ, ਫਿਰ ਤੇ ਬੰਦਾ ਇੱਦਾਂ ਲੱਗ ਜਾਂਦਾ, ਕਹਿ ਫਿਰ ਤੇ ਸਾਰੀਆਂ ਹੀ ਗੱਲਾਂ ਗਲਤ ਲੱਗਦੀਆਂ, ਮੇਰੀਆਂ ਸਾਰੀਆਂ ਗੱਲਾਂ ਗਲਤ ਨੇ। ਜਦੋਂ ਮੇਰੇ ਨਾਲ ਬਣਦੀ ਸੀ ਇਹਨਾਂ ਦੀ ਫਿਰ ਮੈਂ ਮੱਥੇ ਟਿਕਾਉਂਦਾ, ਤਾਂ ਵੀ ਮੈਂ ਪ੍ਰਮਾਣ, ਪਰ ਹੁਣ ਮੇਰੇ ਨਾਲ ਬਣਦੀ ਨਹੀਂ, ਹੁਣ ਮੇਰੀਆਂ ਸੱਚੀਆਂ ਵੀ ਚੁੱਭਦੀਆਂ, ਕਿਉਂਕਿ ਬਣਦੀ ਬਣੇ ਨਾ ਬਣੇ ਯਾਰ, ਸੱਚੀ ਮੈਂ ਤਾਂ ਕਹਿੰਦਾ ਭੈਣ ਟੱਠੇ ਖੂਚ, ਮੈਨੂੰ ਨਹੀਂ ਇਹਨਾਂ ਦੀ ਲੋੜ, ਮੈਂ ਤਾਂ ਇੱਥੋਂ ਲੰਘਦਾ ਹੁੰਦਾ ਨਿਊਯਾਰਕ 'ਚੋਂ, ਮੈਂ ਸੱਚ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ, ਮੇਰੇ ਮਨ 'ਚ ਕਦੀ ਨਹੀਂ ਆਇਆ ਮੈਂ ਨਿਊਯਾਰਕ ਸਟੇਜਾਂ 'ਤੇ ਕੀਰਤਨ ਕਰਾਂ, ਮੈਂ ਜਾਵਾਂ, ਮੈਨੂੰ ਲੈ ਆਏ ਧੱਕੇ ਧੁੱਕੇ ਨਾਲ ਖਿੱਚ ਕੇ, ਆਰਾਮ ਨਾਲ ਮੈਂ ਤਾਂ ਗੱਡੀ ਦੀ ਸੀਟ 'ਤੇ ਬੈਠ ਕੇ ਉੱਥੇ ਜਾਂਦਾ, ਆਪਣੇ ਘਰੇ ਬੈਠਦਾ, ਜਿਹਦਾ ਜੀ ਕਰਦਾ ਆਵੇ, ਜਿਹਦਾ ਜੀ ਕਰਦਾ ਨਾ ਆਵੇ,
मैं अपनी गल अपनी स्टेज पर खुश होकर कहना सुनना सुन लैन नहीं तो अगले अपनी मर्जी कर आप इदा दे इदा ही रहना पर गल ठीक कहनी है गलत नहीं कहनी। सो सांझे मसले प्रोग्राम के तहत तुसी वेख रहे हो कि भाई साहब रणजीत सिंह खालसा ढड्डरियां दीवान बदस्तूर जारी है। फिलहाल एक ब्रेक लिए इतने रुक रहे और ब्रेक तो बाद जब वापस आवेंगे वेखते हैं सांझे मसले प्रोग्राम के तहत कुछ होर इस प्रोग्राम के रंग। जी जप मन सत सदा सत जप मन सत सदा सत ते आई है मेरे जीवन में
खालसा वाहिगुरू जी की फतेह। जस पंजाबी ते सांझे मसले प्रोग्राम देख रहे सारे दर्शकों लख लख वधाई। और मैं आस करता है सारे प्रोग्राम तुम देखते हो जसकीर सिंह जी आलूवालिया जिहड़ा वह नवे तो नवा प्रोग्राम सांझे मसलों के लैके आते हैं। तो असी चाहते हैं सारे जरूर देखिया करो कई कई बार की गल होंगी है ये इस प्रोग्राम जिहड़ा कुछ चंगा सुनन वेखन मिलता है। इस करके मैं सारे ही दर्शकों हाथ जोड़ के बेनती करता हाँ आप सारे रल मिल के जोड़े चंगे प्रोग्राम ने करिए। अज सरदार रघबीर सिंह जी बब्बी जेडे उन्होंने ग्रह विखे यानी उन्होंने नवा घर लिता है गुरु महाराज के जोड़े उन्होंने चरण अपने ग्रह विखे पुआए और संगतान के जोड़े चरण से उस अपने ग्रह विखे पुआए और अपने ग्रह को पवित्र किया जो कि एक सिख का फर्ज बनता है। आप सारे ने रल मिल के इवें जे उपराले ने गुरु महाराज की जी उसत है वो जरूर करनी अपने घर साढ़े जोड़े बच्चे ने उन्होंने बहुत कुछ सीखने मिलता है। तो मैं अज के दिन से सारे सारे परिवार को लख लख बधाई देना हाँ और मैं आस करता हाँ सारे सिख जोड़े वीर हैं अपने ग्रह विखे इस तरह के प्रोग्राम जरूर कराया कर। वाहेगुरू जी का खालसा वाहेगुरू जी की फतेह। इट्स एन ऑनर टू बी फीचर ऑन दिस प्रोग्राम सांझे मसले विद माय ब्रदर हकीरत आलूवालिया टू कवर दिस ब्यूटीफुल ओकेजन दैट वी आर हियर टू गैदर टुडे टू सेलिब्रेट आवर ब्रदर जतिंद्रपाल सिंह कोमलप्रीत सिंह एज वेल एज देयर फादर रघुबीर सिंह फॉर बाइंग देयर फर्स्ट हाउस हियर इन वैली स्ट्रीम लिविंग देयर अमेरिकन ड्रीम। यू नो जो आप पहला पहला आने इतने अमेरिका से आप सोच रहे आप घर लैके इतने बसीए एंड नाउ माई ब्रदर्स हैव फाइनली अचीव
their dreams, and we were able to join them in their happiness with a beautiful akhand paath that featured a lot of great katha and kirtan, and we want to make sure that we start off this new journey for them at the right path, celebrating Guru Nanak Dev Ji, Guru Gobind Singh Ji, our Khalsa Panth. So it's an honor to be here with all my brothers and sisters, and making sure that we give them our heartfelt congratulations and happiness. So thank you so much for tuning in. Vaheguru Ji Ka Khalsa, Vaheguru Ji Ki Fateh. Jo qaum de sanje masle han, isnu bada gambhirta de naal sanu vicharna chahida hai, kyunki jo koi changa pracharak ਸਾਡੀ ਕੌਮ 'ਚ ਉੱਠਦਾ ਹੈ ਅਤੇ ਨਾਲ ਹੀ ਉਹਦੇ ਕੁਛ ਐਸੀਆਂ ਗੱਲਾਂ ਵਰਤ ਜਾਂਦੀਆਂ ਹਨ ਕਿ ਉਹਨੂੰ ਦਬਾਇਆ ਜਾਏ। ਇਸ ਕਰਕੇ ਆਓ, ਜੋ ਚੰਗੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੋੜਦੇ ਹਨ ਅਤੇ ਉਹਨਾਂ ਦਾ ਸਾਥ ਕਦੀ ਨਾ ਛੱਡੀਏ। ਆਓ ਰਲ ਮਿਲ ਕੇ ਜੋ ਕੌਮ ਦੇ ਮਸਲੇ ਹਨ ਇਹਨਾਂ ਨੂੰ ਸੁਲਝਾਈਏ। ਸਾਡੀ ਕੌਮ ਦੇ ਸਾਡੇ ਬਹੁਤ ਸੂਝਵਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਸਿਆਣੇ ਹਨ, ਉਹ ਇਸ ਮਸਲੇ ਨੂੰ ਬੜੇ ਹੀ ਚੰਗੇ ਢੰਗ ਦੇ ਨਾਲ ਸੁਲਝਾ ਲੈਣਗੇ। ਉਹਨਾਂ ਨੂੰ ਕਿਸੇ ਵੀ ਚੌਧਰ ਦੀ ਜਾਂ ਕਿਸੇ ਪਦਵੀ ਦੀ ਉਹ ਇਨਸਾਨ ਨੂੰ ਲੋੜ ਨਹੀਂ, ਏਡੇ ਸਿਆਣੇ ਹਨ। ਜੋ ਕੌਮ ਦੇ ਚੰਗੇ ਵਾਸਤੇ ਉਹਨਾਂ ਦੇ ਹੋਇਆ, ਉਹਨਾਂ ਨੇ ਉਹੀ ਹੀ ਫੈਸਲਾ ਲੈਣਾ ਹੈ। ਸਾਡੀ ਬੇਨਤੀ ਹੈ ਭਾਈ ਸਾਹਿਬ ਅੱਗੇ ਕਿ ਆਪ ਇਸ ਮਸਲੇ ਨੂੰ ਬੜੇ ਸੁਲਝਾਓ ਬੈਠ ਕੇ। ਚੰਗੇ ਪ੍ਰਚਾਰਕ ਬਹੁਤ ਖੁਦਕਿਸਮਤੀ ਨਾਲ ਮਿਲਦੇ ਹਨ, ਇਸ ਕਰਕੇ ਪ੍ਰਚਾਰਕਾਂ ਦੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰਿਆ ਕਰੀਏ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੀ ਟੀਮ ਸਾਰੀ ਹੀ ਅੱਜ ਇੱਥੇ ਪਹੁੰਚੀ ਹੈ। ਦੀਵਾਨ ਬਾਬਾ ਜੀ ਦਾ ਭਾਈ ਸਾਹਿਬ ਦਾ ਸੁਣਿਆ ਹੈ, ਔਰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਭਾਈ ਸਾਹਿਬ ਦੇ ਨਾਲ ਖੜ੍ਹੇ ਰਹਾਂਗੇ, ਜਿਹੜੇ ਚੰਗੇ ਪ੍ਰਚਾਰਕ ਹਨ ਔਰ ਚੰਗੀਆਂ ਗੱਲਾਂ ਕੌਮ ਦੇ ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਅਸੀਂ ਰਘਵੀਰ ਸਿੰਘ ਦੇ ਘਰ, ਉਹਨਾਂ ਦੇ ਘਰ ਦੀ ਉਦਘਾਟਨ ਵਾਸਤੇ ਗੁਰੂ ਮਹਾਰਾਜ ਦੀ ਫੇਰੀ ਪਈ ਸੀ, ਉੱਥੇ ਆਏ ਹਾਂ। ਔਰ ਇੱਥੇ ਸਾਰੇ ਵੀਰ ਭੈਣ ਭਰਾ ਜਿਹੜੇ ਨੇ ਸਭ ਇਕੱਠੇ ਹੋ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਵੀ ਵਾਹਿਗੁਰੂ ਇਹ ਘਰ ਜਿਹੜਾ ਸੁੱਖ ਡਾਉਣਾ ਹੋਵੇ, ਔਰ ਇਹਨਾਂ ਸਾਰਿਆਂ ਨੂੰ ਰੱਬ ਜਿਹੜਾ ਚੜ੍ਹਦੀ ਕਲਾ 'ਚ ਰੱਖੇ। ਅਸੀਂ ਸਾਰੇ ਇੱਥੇ ਅਮਰੀਕਾ ਦੇ ਨਿਵਾਸੀ ਹਾਂ, ਔਰ ਸਾਡਾ ਬੱਚਿਆਂ ਦਾ ਔਰ ਸਾਡਾ ਆਪਣਾ ਵੀ ਭਵਿੱਖ ਜਿਹੜਾ ਉਹ ਇਸ ਮੁਲਕ ਦੇ ਨਾਲ ਹੀ ਬੱਝਿਆ। ਪੁਰਾਣੇ ਜ਼ਮਾਨੇ ਅਸੀਂ ਵੀ ਭੁੱਲ ਗਏ ਹਾਂ, ਮਾਂ ਬਾਪ ਸੀ, ਚਾਚੇ ਤਾਏ ਸੀ, ਚਾਚੇ ਚਾਚੀਆਂ ਸੀ, ਸਭ ਮਰ ਗਏ। ਇੱਦਾਂ ਲੱਗਦਾ ਜਿੱਦਾਂ ਇੱਕ ਸਾਂਝ ਜੀ ਟੁੱਟ ਗਈ, ਅਤੇ ਹੁਣ ਨਵੀਂ ਸਾਂਝ ਜਿਹੜੀ ਹੈ ਉਹ ਇੱਥੇ ਅਮਰੀਕਾ ਦੇ ਵਿੱਚ ਵਸਦੇ ਲੋਕਾਂ ਦੇ ਨਾਲ ਅਸੀਂ ਬਣਾਉਣੀ ਹੈ। ਮੈਂ ਸਮਝਣਾ ਸਿੱਖਾਂ ਦੀ ਬਹੁ ਗਿਣਤੀ ਜਿਹੜੀ ਹੈ ਔਰ ਜਿਹੜੇ ਪੋਲੀਟੀਕਲ ਸਿਸਟਮ ਹੀ ਹੈ ਇਹਦੇ 'ਚ ਵੀ ਸਿੱਖਾਂ ਦੀ ਪਛਾਣ ਜਿਹੜੀ ਹੈ ਵੱਧ ਰਹੀ ਹੈ। ਕੋਈ ਇਹੋ ਜਿਹੀ ਕਮੇਟੀ ਮੇਅਰ ਦੀ ਨਹੀਂ ਬਣਦੀ ਜਿਹਦੇ 'ਚ ਕੋਈ ਨਾ ਕੋਈ ਸਿੱਖ ਜਿਹੜਾ ਨੁਮਾਇੰਦਾ ਨਾ ਹੋਵੇ। ਔਰ ਇਸੇ ਤਰ੍ਹਾਂ ਹੀ ਕਮਿਊਨਿਟੀ ਬੋਰਡ ਸੀ ਜਿਨ੍ਹਾਂ ਵਿੱਚ ਪਹਿਲਾਂ ਕਦੀ ਕੋਈ ਗੱਲ ਹੀ ਨਹੀਂ ਸੀ ਹੁੰਦੀ, ਹੁਣ ਵੀ ਅਸੀਂ ਚਾਰ ਚਾਰ ਬੰਦੇ ਜਿਹੜੇ ਨੇ ਕਿਊਨ ਕਾਊਂਟੀ 'ਚ 9 ਕਮਿਊਨਿਟੀ ਬੋਰਡ ਦੇ ਵਿੱਚ ਮੈਂਬਰ ਹਾਂ, ਔਰ ਅਸੀਂ ਹਰ ਤਕਰੀਬਨ ਹਰ ਇਸ਼ੂ 'ਤੇ ਗੱਲਬਾਤ ਕਰਦੇ ਹਾਂ ਔਰ ਸਾਡੀਆਂ ਗੱਲਾਂ ਦਾ ਉਹਨਾਂ 'ਤੇ ਅਸਰ ਵੀ ਜਿਹੜਾ ਹੁੰਦਾ। ਹੁਣ ਜਿਹੜੀ ਸਾਡੀ ਸਮੁੱਕੀ ਪਾਰਕ ਹੈ ਜਿਹਦੀ ਕਾਫੀ ਖਸਤਾ ਹਾਲਤ ਸੀ, ਉਹਦੇ ਵਾਸਤੇ ਜਿਹੜਾ ਬੜਾ ਚੰਗਾ ਵੱਡਾ ਬਜਟ ਜਿਹੜਾ ਉਹ ਗਵਰਨਮੈਂਟ ਨੇ ਮਨਜ਼ੂਰ ਕੀਤਾ, ਉਹਦੀ ਰੈਨੋਵੇਸ਼ਨ ਹੋਣੀ ਹੈ। ਕੁਈਨ ਦੇ ਵਿੱਚ ਲਾਇਬ੍ਰੇਰੀ ਖੇਰ ਮੇਰਾ 2-3 ਮਿਲੀਅਨ ਡਾਲਰ ਜਿਹੜਾ ਉਹਦੇ ਵਾਸਤੇ ਮਨਜ਼ੂਰ ਹੋਇਆ, ਉਹ ਬਣਨਾ। ਸੋ ਇਸ ਤਰ੍ਹਾਂ ਹੀ ਅਸੀਂ ਹੌਲੀ ਹੌਲੀ ਇਹਨਾਂ ਪੋਲੀਟੀਕਲ ਲੀਡਰਾਂ ਨਾਲ ਆਪਣੀ ਸਾਂਝ ਬਣਾਵਾਂਗੇ ਅਤੇ ਸਾਡਾ ਅਸੀਂ ਜਿਹੜਾ ਆਲਾ ਦੁਆਲਾ ਅਤੇ ਸਾਡੀ ਜਿਹੜੀ ਦਿੱਖ ਹੈ ਉਹ ਹੋਰ ਵੀ ਨਿਖਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗਾ ਸਾਂਝੇ ਮਸਲੇ ਪ੍ਰੋਗਰਾਮ ਦਾ ਐਪੀਸੋਡ। ਨੈਕਸਟ ਵੀਕ ਆਵਾਂਗੇ, ਲੈ ਕੇ ਆਵਾਂਗੇ ਹੋਰ ਵੀ ਮਸਲੇ। ਅਤੇ ਅੱਜ ਬਕਾਇਦਾ ਤੌਰ 'ਤੇ ਜਿਹੜੇ ਸਵਾਲ ਜਸ ਪੰਜਾਬੀ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਭਾਈ ਸਾਹਿਬ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਤੋਂ ਪੁੱਛੇ, ਉਹਨਾਂ ਨੇ ਆਪਣੇ ਸਵਾਲਾਂ ਦੇ ਜਵਾਬ ਉੱਤੇ ਜਿਹੜੇ ਜਵਾਬ ਨੇ ਉਹ ਦਿੱਤੇ ਬਕਾਇਦਾ ਤੌਰ 'ਤੇ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਹੋਰ ਵੀ ਸਵਾਲ ਪੁੱਛੇ ਜਾਣ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਹੋਰ ਲਿਆਵਾਂਗੇ। info@justbroadcasting.com harkirat@justbroadcasting.com ਅਤੇ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ, ਈਮੇਲ ਦੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਤੋਂ ਸਵਾਲ ਜਿਹੜੇ ਨੇ ਪੁੱਛੇ ਜਾਣ। ਸੋ ਇਹ ਸੀਗਾ ਅੱਜ ਦਾ ਖਾਸ ਪ੍ਰੋਗਰਾਮ ਸਾਂਝੇ ਮਸਲੇ, ਵੋਇਸ ਆਫ NRI। ਵੇਖਦੇ ਰਹੋ ਜਸ ਪੰਜਾਬੀ।